ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀਗਾ ਉਹ ਜਦੋਂ ਟੋਕੀਓ ਓਲੰਪਿਕ ਦੇ ਤੁਸੀਂ ਮੈਡਲ ਲੈ ਕੇ ਆਏ? ਜਦੋਂ ਤੁਸੀਂ ਆਪਣੇ ਦੇਸ਼ ਦੇ ਲਈ ਇੰਨੇ ਲੰਮੇ ਅਰਸੇ ਤੋਂ ਬਾਅਦ ਮੈਡਲ ਲੈ ਕੇ ਆਉਂਦੇ ਹੋ ਤਾਂ ਬਹੁਤ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈਗੀ। ਕੀ ਲੱਗਦਾ ਉਹ ਸੈਮੀਫਾਈਨਲ ਮੈਚ ਅਤੇ ਇਹ ਸੈਮੀਫਾਈਨਲ ਮੈਚ ਵਿੱਚ ਕਿਹੜਾ ਟਫ ਲੱਗਦਾ? ਫਾਈਟ ਬਹੁਤ ਸਟਰੋਂਗ ਸੀ, ਬਹੁਤ ਕਲੋਜ਼ ਮੈਚ ਹੋਇਆ ਸੀ। ਸਪੋਰਟਸ ਆ, ਸਪੋਰਟਸ ਵਿੱਚ ਜਿਹੜਾ ਵੀ ਪਲੇਅਰ ਜਾਂ ਜਿਹੜੀ ਵੀ ਟੀਮ ਪਰਫੋਰਮ ਕਰੂਗੀ ਉਹੀ ਜਿੱਤੂਗੀ। ਐਤਕੀ ਕੀ ਲੱਗਦਾ ਤੁਹਾਨੂੰ, ਜਿਹੜਾ ਜਿਵੇਂ ਆਪਣੀ ਟੀਮ ਖੇਡ ਰਹੀ ਆ, ਆਪਾਂ ਬੈਲਜੀਅਮ ਦੇ ਨਾਲ ਵੀ ਬਹੁਤ ਤਕੜਾ ਮੁਕਾਬਲਾ ਦਿੱਤਾ, ਸਿਰਫ ਇੱਕ ਗੋਲ ਦਾ ਫਰਕ ਰਿਹਾ, ਆਸਟ੍ਰੇਲੀਆ ਨੂੰ ਵੀ ਹਰਾਇਆ, ਬ੍ਰਿਟੇਨ ਨੂੰ ਹਰਾ ਚੁੱਕੇ ਹਾਂ, ਹੈ ਨਾ, ਅਤੇ ਟੀਮ ਤੋਂ ਕੀ ਉਮੀਦਾਂ ਨੇ, ਗੋਲ ਡਾਊ ਐਤਕੀ? ਜਿਸ ਹਿਸਾਬ ਨਾਲ ਆਪਣੇ ਗੋਲਕੀਪਰ ਖੇਡ ਰਹੇ ਨੇ, ਆਪਣੇ ਫੁੱਲ ਬੈਕ ਸਰਮਨਪ੍ਰੀਤ ਅਤੇ ਬਾਕੀ ਫੋਰਵਰਡ ਲਾਈਨ ਜਿੱਦਾਂ ਖੇਡ ਰਹੀ ਆ, ਅਤੇ ਕੰਬੀਨੇਸ਼ਨ ਟੀਮ ਦਾ ਬਹੁਤ ਵਧੀਆ ਹੈ, ਐਸੇ ਟੀਮ ਡਿਫੈਂਸ ਕਰ ਰਹੇ ਨੇ ਸਾਰੇ, ਅਤੇ ਉਸ ਨਾਲ ਮੈਨੂੰ ਇਹ ਲੱਗਦਾ ਕਿ ਵਧੀਆ ਰਿਜ਼ਲਟ ਲੈ ਕੇ ਆਉਣਗੇ। ਹਰਮਨਪ੍ਰੀਤ ਕਪਤਾਨ ਦੇ ਨਾਲ ਤੁਸੀਂ ਲੰਬਾ ਸਮਾਂ ਰਹੇ ਹੋ, ਹਾਕੀ ਖੇਡੀ ਆ, ਕਿੱਦਾਂ ਦਾ ਸੁਭਾਅ ਬਣਦਾ? ਕਿ ਉਹ ਬੜੇ ਕਾਮ ਸੁਭਾਅ ਦੇ ਮਾਲਕ ਨੇ ਅਤੇ ਬੜਾ ਮਤਲਬ ਥੋੜ੍ਹਾ ਜਿਹਾ ਰਿਜ਼ਰਵ ਰਹਿੰਦੇ ਨੇ ਅਤੇ ਬੜਾ ਪੋਜ਼ਿਟਿਵ ਮਾਇੰਡ ਸੈਟਅਪ ਉਹਨਾਂ ਦਾ ਹੈਗਾ ਆ, ਅਤੇ ਟੀਮ ਨੂੰ ਇੱਕ ਨਜ਼ਰ ਨਾਲ ਦੇਖਣ ਵਾਲਾ ਇਨਸਾਨ ਹੈ। ਪੈਰਿਸ ਓਲੰਪਿਕ ਖੇਡਾਂ ਚੱਲ ਰਹੀਆਂ ਨੇ, ਪੈਰਿਸ ਓਲੰਪਿਕ ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਦੀ ਗੱਲ ਕਰੀਏ ਤਾਂ ਭਾਰਤੀ ਹਾਕੀ ਟੀਮ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ। 41 ਸਾਲਾਂ ਬਾਅਦ ਪਹਿਲਾਂ ਅਸੀਂ ਟੋਕੀਓ ਓਲੰਪਿਕ ਦੇ ਵਿੱਚ ਜਿਹੜਾ ਮੈਡਲ ਜਿੱਤਿਆ ਸੀ, ਅਤੇ ਮੈਡਲਿਸਟ ਓਲੰਪੀਅਨ ਖਿਡਾਰੀ ਮੇਰੇ ਨਾਲ ਸਿਮਰਜੀਤ ਸਿੰਘ ਬਾਈ ਮੌਜੂਦ ਰਹਿਣਗੇ, ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਅੱਜ ਦੀ ਹਾਕੀ ਬਾਰੇ, ਸੈਮੀਫਾਈਨਲ ਮੈਚ ਬਾਰੇ, ਅਤੇ ਇਹਨਾਂ ਦੀ ਜਿਹੜੀ ਟੋਕੀਓ ਓਲੰਪਿਕ ਦੇ ਵਿੱਚ ਜਿਹੜੀ ਪਰਫੋਰਮੈਂਸ ਰਹੀ ਆ ਉਹ ਕਿਸ ਤਰ੍ਹਾਂ ਦੀ ਰਹੀ ਆ ਉਹ ਗੱਲਬਾਤ ਕਰਾਂਗੇ, ਕਿਉਂਕਿ ਹਾਕੀ ਦੇ ਵਿੱਚ ਮੈਡਲ ਆਉਣ ਦੀਆਂ ਪੂਰੀਆਂ ਉਮੀਦਾਂ ਨੇ। ਕਿਸੇ ਸਮੇਂ ਭਾਰਤ ਦੀ ਹਾਕੀ ਮਸ਼ਹੂਰ ਹੁੰਦੀ ਸੀ ਕਿਉਂਕਿ 8 ਗੋਲਡ ਮੈਡਲ ਹਾਕੀ ਦੇ ਵਿੱਚ ਸਾਡੇ ਜਿੱਤੇ ਹੋਏ ਆ, ਅਤੇ ਹੁਣ ਦੁਬਾਰੇ ਫਿਰ ਦੇਸ ਗੋਲਡ ਦੀ ਉਮੀਦ ਕਰ ਰਿਹਾ। 1980 ਤੋਂ ਬਾਅਦ ਅਸੀਂ ਗੋਲਡ ਕੋਈ ਵੀ ਜਿੱਤਿਆ ਨਹੀਂ, ਅਤੇ ਐਤਕੀ ਪੂਰੀਆਂ ਉਮੀਦਾਂ ਨੇ ਭਾਰਤੀ ਹਾਕੀ ਟੀਮ ਤੋਂ ਕਿ ਅਸੀਂ ਗੋਲਡ ਲੈ ਸਕਦੇ ਹਾਂ। ਬਈ ਸਿਮਰਜੀਤ ਸਿੰਘ ਜਿਹੜੇ ਹਾਕੀ ਪਲੇਅਰ ਨੇ, ਟੋਕੀਓ ਓਲੰਪਿਕ ਖੇਡੇ ਨੇ, ਓਲੰਪਿਕ ਖੇਡਾਂ ਦਾ ਐਕਸਪੀਰੀਅੰਸ ਆ, ਬਈ ਨਾਲ ਗੱਲਬਾਤ ਕਰਾਂਗੇ ਅੱਜ ਮੈਚ ਬਾਰੇ ਵੀ ਅਤੇ ਇਹਨਾਂ ਦੇ ਜੀਵਨ ਬਾਰੇ ਵੀ ਗੱਲਬਾਤ ਕਰਾਂਗੇ। ਬਾਈ ਜੀ ਬਹੁਤ ਬਹੁਤ ਸਵਾਗਤ ਆ ਪ੍ਰਾਈਮ ਏਸ਼ੀਆ 'ਤੇ, ਠੀਕ ਠਾਕ ਹੋ? ਵਧੀਆ ਜੀ, ਥੈਂਕ ਯੂ ਸੋ ਮਚ। ਬਾਈ ਜੀ ਬੜਾ ਚੰਗਾ ਲੱਗਿਆ ਕਿ ਤੁਸੀਂ ਸਾਨੂੰ ਮਿਲੇ, ਕਿਉਂਕਿ ਹਾਕੀ ਚੱਲ ਰਹੀ ਆ, ਪੈਰਿਸ ਓਲੰਪਿਕ ਚੱਲ ਰਹੀ ਆ, ਟੋਕੀਓ ਓਲੰਪਿਕ ਦੇ ਵਿੱਚ ਤੁਸੀਂ ਮੈਚ ਖੇਡੇ ਆ, ਪਹਿਲਾਂ ਤਾਂ ਦੱਸੋ ਕਿ ਟੀਮ ਕਿਸ ਤਰ੍ਹਾਂ ਖੇਡ ਰਹੀ ਆ ਆਪਣੀ ਜਿਹੜੀ ਇਸ ਟਾਈਮ ਖੇਡ ਰਹੀ ਆ, ਕੁਆਟਰ ਫਾਈਨਲ ਜਿੱਤ ਚੁੱਕੀ ਆ, ਸੈਮੀ ਦੇ ਵਿੱਚ ਪ੍ਰਵੇਸ਼ ਹੋਇਆ। ਬਹੁਤ ਵਧੀਆ ਖੇਡ ਰਹੀ ਆ ਟੀਮ ਆਪਣੀ ਜੀ, ਜਿਸ ਤਰ੍ਹਾਂ ਦਾ ਮੈਚ ਬਾਏ ਮੈਚ ਖੇਡ ਰਹੇ ਨੇ, ਜਿਵੇਂ ਕਿ ਸਪੋਜ਼ ਕਰੋ ਕੁਆਟਰ ਫਾਈਨਲ ਜਿਸ ਤਰੀਕੇ ਨਾਲ ਟੀਮ ਨਾਲ ਖੇਡਿਆ, ਵਨ ਮੈਨ ਡਾਊਨ ਦੇ ਨਾਲ ਹੀ ਜਿਹੜੀ ਪਰਫੋਰਮੈਂਸ ਟੀਮ ਨੇ ਦਿੱਤੀ ਆ, ਤਾਂ ਮੈਂ ਸਮਝਦਾ ਕਾਬਲੇ ਤਾਰੀਫ ਆ ਜੀ। ਬਈ ਲੱਗਦਾ ਕੀ ਹੈ ਤੁਹਾਨੂੰ, ਤੁਸੀਂ ਜਦੋਂ 41 ਸਾਲਾਂ ਬਾਅਦ ਆਪਾਂ ਟੋਕੀਓ ਓਲੰਪਿਕ ਦੇ ਵਿੱਚ ਮੈਡਲ ਜਿੱਤਿਆ, ਤੁਸੀਂ ਉਸ ਟੀਮ ਦਾ ਹਿੱਸਾ ਸੀ, ਤੁਹਾਨੂੰ ਮਾਣ ਉਸ ਟੀਮ ਦੇ ਵਿੱਚ ਖੇਡਣ ਦਾ ਮਾਣ ਪ੍ਰਾਪਤ ਹੋਇਆ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀਗਾ ਉਹ ਜਦੋਂ ਟੋਕੀਓ ਓਲੰਪਿਕ ਦੇ ਤੁਸੀਂ ਮੈਡਲ ਲੈ ਕੇ? ਕੋਈ ਵੀ ਪਲੇਅਰ, ਕੋਈ ਵੀ ਸਪੋਰਟਸ ਅਗਰ ਸ਼ੁਰੂ ਕਰਦਾ ਹੈ ਤਾਂ ਉਹਦਾ ਸੁਪਨਾ ਹੁੰਦਾ ਹੈ ਕਿ ਓਲੰਪਿਕਸ ਗੇਮਸ ਖੇਡੇ, ਤਾਂ ਉਸ ਤੋਂ ਵੱਧ ਕੇ ਸੁਪਨਾ ਇਹ ਹੁੰਦਾ ਹੈ ਕਿ ਉਹ ਮੈਡਲ ਲੈ ਕੇ ਆਏ, ਤਾਂ ਸਾਡਾ ਉਹ ਸੁਪਨਾ ਸਾਕਾਰ ਹੋਇਆ, ਅਸੀਂ ਮੈਡਲ 41 ਸਾਲਾਂ ਬਾਅਦ ਜੋ ਕਿ ਲੰਬੇ ਅਰਸੇ ਤੋਂ ਨਹੀਂ ਸੀ ਆਇਆ ਉਹ ਲੈ ਕੇ ਆਏ, ਅਤੇ ਬਹੁਤ ਹੀ ਫੁੱਲਫਿਲਨੈਸ ਫੀਲ ਹੁੰਦਾ ਆ ਜਦੋਂ ਤੁਸੀਂ ਆਪਣੇ ਦੇਸ਼ ਦੇ ਲਈ ਇੰਨੇ ਲੰਬੇ ਅਰਸੇ ਤੋਂ ਬਾਅਦ ਮੈਡਲ ਲੈ ਕੇ ਆਉਂਦੇ ਹੋ, ਤਾਂ ਬਹੁਤ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈਗੀ। ਬਿਲਕੁਲ, ਪੂਰਾ ਮਾਣ ਮਹਿਸੂਸ ਹੋਇਆ ਕਿਉਂਕਿ ਇਤਿਹਾਸ ਦੇ ਵਿੱਚ ਦਰਜ ਹੋਇਆ ਉਹ ਮੈਡਲ, ਅਤੇ ਉਸ ਟੀਮ ਦਾ ਤੁਸੀਂ ਵੀ ਹਿੱਸਾ ਸੀ। ਇੱਕ ਪਲੇਅਰ ਨੂੰ ਖੁਸ਼ੀ ਬਹੁਤ ਹੁੰਦੀ ਹੋਊਗੀ ਕਿਉਂਕਿ ਜਿਹੜਾ ਓਲੰਪਿਕ ਦੇ ਵਿੱਚ ਸਾਡਾ ਇਤਿਹਾਸ ਸੀ ਪਹਿਲਾਂ ਮੈਡਲ ਜਿੱਤਣ ਵਾਲਾ, ਉਹ ਰੁਕਿਆ ਹੋਇਆ ਸੀ 1980 ਤੋਂ ਬਾਅਦ, ਤੁਸੀਂ 41 ਸਾਲਾਂ ਬਾਅਦ ਮੈਡਲ ਜਿੱਤਿਆ, ਤਾਂ ਉਦੋਂ ਫਿਰ ਕਿਸ ਤਰ੍ਹਾਂ ਦੇ ਪਲ ਸੀ ਉਹ?
ਉਹ ਬਹੁਤ ਹੀ ਮੇਰੇ ਹਿਸਾਬ ਨਾਲ ਮੈਂ ਕਹਿ ਸਕਦਾ ਕਿ ਸ਼ਬਦਾਂ 'ਚ ਬਿਆਨ ਨਹੀਂ ਕੀਤੇ ਜਾ ਸਕਦੇ ਸ਼ਬਦ, ਕਿਉਂਕਿ ਇੱਕ ਬਹੁਤ ਲੰਮੇ ਅਰਸੇ ਤੋਂ ਅਸੀਂ ਮੈਡਲ ਦੇ ਬਹੁਤ ਲਾਗੇ ਜਾ ਕੇ ਅਸੀਂ ਉਹ ਮੈਡਲ ਲੂਜ਼ ਕੀਤੇ ਸੀਗੇ ਅਤੇ ਉਹ ਸਾਡੇ ਹੀ ਅਸੀਂ ਜੋ 41 ਸਾਲਾਂ ਬਾਅਦ ਮੈਡਲ ਲੈ ਕੇ ਆਏ ਹਾਂ ਉਹਦੇ ਪਿੱਛੇ ਜੋ ਸੰਘਰਸ਼ ਸੀਗਾ ਸਾਡੀ ਟੀਮ ਨੇ ਜੋ ਸੈਕਰੀਫਾਈਸ ਕੀਤਾ, ਕੋਵਿਡ ਦਾ ਟਾਈਮ ਚੱਲਦਾ ਸੀਗਾ ਅਤੇ ਉਹ ਮਤਲਬ 4-4-5-5 ਮਹੀਨੇ ਇੱਕ ਰੂਮਸ ਦੇ ਵਿੱਚ ਰਹਿ ਕੇ ਟ੍ਰੇਨਿੰਗ ਕਰਨੀ, ਉਹ ਮਤਲਬ ਬਹੁਤ ਹੀ ਕ੍ਰੂਸ਼ਲ ਪੀਰੀਅਡ ਸੀਗਾ ਜਿਸ ਨੂੰ ਬੜਾ ਪੋਜ਼ਿਟਿਵ ਰਹਿ ਕੇ ਟੀਮ ਨੇ ਕੀਤਾ ਅਤੇ ਉਹਦਾ ਰਿਜ਼ਲਟ ਵੀ ਆਇਆ ਜੀ। ਤਾਂ ਬਾਈ ਤੁਸੀਂ ਵੀ ਸੈਮੀਫਾਈਨਲ ਮੈਚ ਪਹਿਲਾਂ ਟੋਕੀਓ ਓਲੰਪਿਕ ਦੇ ਵਿੱਚ ਖੇਡਿਆ, ਹੁਣ ਵੀ ਆਪਣਾ ਸੈਮੀਫਾਈਨਲ ਮੈਚ ਪੈਰਿਸ ਓਲੰਪਿਕ ਦੇ ਵਿੱਚ ਆ ਰਿਹਾ ਹੈਗਾ ਜਰਮਨੀ ਦੇ ਨਾਲ, ਕੀ ਲੱਗਦਾ ਉਹ ਸੈਮੀਫਾਈਨਲ ਮੈਚ ਅਤੇ ਇਹ ਸੈਮੀਫਾਈਨਲ ਮੈਚ ਦੇ ਵਿੱਚ ਕਿਹੜਾ ਟਫ ਲੱਗਦਾ? ਉਸ ਟਾਈਮ 'ਤੇ ਸਰ ਟੋਕੀਓ ਓਲੰਪਿਕਸ ਦੇ ਵਿੱਚ ਉਸ ਪਰਟੀਕੁਲਰ ਟੂਰਨਾਮੈਂਟ ਦੀ ਗੱਲ ਕੀਤੀ ਜਾਵੇ ਤਾਂ ਬੈਲਜੀਅਮ ਇੱਕ ਸਟਰੋਂਗ ਸਾਈਡ ਮੰਨੀ ਜਾਂਦੀ ਸੀਗੀ ਜੀ, ਤਾਂ ਐਟ ਦੀ ਐਂਡ ਟੋਕੀਓ ਓਲੰਪਿਕਸ ਬੈਲਜੀਅਮ ਜਿੱਤ ਕੇ ਲੈ ਕੇ ਵੀ ਗਈ, ਤਾਂ ਅਸੀਂ ਸਮਝਦੇ ਸੀ ਕਿ ਉਹ ਵੀ ਇੱਕ ਬਹੁਤ ਸਟਰੋਂਗ ਮੈਚ ਸੀਗਾ ਸਾਡਾ, ਅਸੀਂ ਹਾਰਡਲੀ ਇੱਕ ਮਾਰਜਨ ਦੇ ਨਾਲ, ਇੱਕ ਦੋ ਗੋਲ ਦੇ ਮਾਰਜਨ ਦੇ ਨਾਲ ਅਸੀਂ ਲੂਜ਼ ਕੀਤਾ ਸੀਗਾ, ਬਟ ਫਾਈਟ ਬਹੁਤ ਸਟਰੋਂਗ ਸੀ, ਬਹੁਤ ਕਲੋਜ਼ ਮੈਚ ਹੋਇਆ ਸੀ, ਫਿਰ ਹੋ ਗਿਆ ਬੈਲਜੀਅਮ ਬਾਹਰ ਹੋ ਗਈ। ਹਾਂਜੀ ਦੇਖੋ ਜੀ, ਇਹ ਸਪੋਰਟਸ ਆ, ਸਪੋਰਟਸ ਵਿੱਚ ਜਿਹੜਾ ਵੀ ਪਲੇਅਰ ਹੈ, ਜਿਹੜੀ ਵੀ ਟੀਮ ਪਰਫਾਰਮ ਕਰੂਗੀ ਉਹੀ ਜਿੱਤੂਗੀ। ਇਸ ਕਿਹਾ ਜਾਂਦਾ ਕਿ ਨਾਮ ਵੱਡੇ ਨਹੀਂ ਹੁੰਦੇ, ਐਕਟ ਵੱਡਾ ਹੁੰਦਾ ਆ ਸਾਡੇ ਫੀਲਡ ਵਿੱਚ, ਜਿਹੜਾ ਪਲੇਅਰ ਐਕਟ ਕਰੂਗਾ ਉਹੀ ਅੱਗੇ ਜਾ ਸਕਦਾ ਆ, ਅਤੇ ਜਿਵੇਂ ਕਿ ਤੁਸੀਂ ਵੇਖ ਸਕਦੇ ਆਸਟ੍ਰੇਲੀਆ ਵੀ ਵਰਗੀ ਟੀਮ ਸੈਮੀਫਾਈਨਲਸ ਦੇ ਵਿੱਚ ਨਹੀਂ ਆ ਸਕੀ, 52 ਸਾਲਾਂ ਬਾਅਦ ਆਪਾਂ ਆਸਟ੍ਰੇਲੀਆ ਨੂੰ ਵੀ ਹਰਾਤਾ। ਹਾਂਜੀ ਦੇਖੋ ਜੀ, ਉਹ ਉਸ ਟਾਈਮ 'ਤੇ ਇੱਕ ਐਸਟ੍ਰੋ ਟਫ ਦੇ ਵਿੱਚ ਅਸੀਂ ਪਹਿਲੀ ਵਾਰ ਆਸਟ੍ਰੇਲੀਆ ਟੀਮ ਨੂੰ ਹਰਾਇਆ, ਜਿਹੜੀ ਕਿ ਜਿਸ ਚੀਜ਼ ਨਾਲ ਵੀ ਆਪਣੇ ਪਲੇਅਰਸ ਨੂੰ ਬਹੁਤ ਬੂਸਟਅਪ ਮਿਲਿਆ ਸੈਮੀਫਾਈਨਲਸ ਦੇ ਵਿੱਚ, ਇਹ ਚੀਜ਼ ਸਾਨੂੰ ਬਹੁਤ ਹੈਲਪ ਕਰੂਗੀ। ਸੋ ਮੇਰਾ ਮੰਨਣਾ ਹੈ ਕਿ ਸਾਡੀ ਟੀਮ ਨੂੰ ਸੈਮੀਫਾਈਨਲ ਜਿੱਤਣਾ ਚਾਹੀਦਾ। ਐਤਕੀ ਕੀ ਲੱਗਦਾ ਤੁਹਾਨੂੰ, ਜਿਹੜਾ ਜਿਵੇਂ ਆਪਣੀ ਟੀਮ ਖੇਡ ਰਹੀ ਆ, ਆਪਾਂ ਬੈਲਜੀਅਮ ਦੇ ਨਾਲ ਵੀ ਬਹੁਤ ਤਕੜਾ ਮੁਕਾਬਲਾ ਦਿੱਤਾ, ਸਿਰਫ ਇੱਕ ਗੋਲ ਦਾ ਫਰਕ ਰਿਹਾ, ਆਸਟ੍ਰੇਲੀਆ ਨੂੰ ਵੀ ਹਰਾਇਆ, ਬ੍ਰਿਟੇਨ ਨੂੰ ਹਰਾ ਚੁੱਕੇ ਹਾਂ, ਹੈ ਨਾ, ਅਤੇ ਟੀਮ ਤੋਂ ਕੀ ਉਮੀਦਾਂ ਨੇ, ਗੋਲ ਡਾਊ ਐਤਕੀ? ਜੀ ਸਾਡੀ ਟੀਮ ਜਿਹੜੀ ਇੱਕ ਏਮ, ਇੱਕ ਲਕਸ਼ ਲੈ ਕੇ ਤੁਰੀ ਆ, ਉਹ ਗੋਲਡ ਦਾ ਹੀ, ਕਿਉਂਕਿ ਬ੍ਰਾਂਸ ਮੈਡਲ ਸਾਡਾ ਲਾਸਟ ਹੋਇਆ ਸੀਗਾ, ਸਾਡਾ ਇਹੀ ਇੱਕ ਸਲੋਗਨ ਸੀਗਾ ਕਿ ਇਸ ਵਾਰੀ ਕਲਰ ਦਾ ਰੰਗ ਚੇਂਜ ਕਰਨਾ ਆ ਮੈਡਲ ਦਾ, ਮੈਡਲ ਦਾ ਰੰਗ, ਅਤੇ ਉਸਦੇ ਹਿਸਾਬ ਨਾਲ ਹੀ ਸਾਡੀ ਟੀਮ ਬਹੁਤ ਹੀ ਮਿਹਨਤ ਕਰਕੇ ਗਈ ਹੈ, ਤਾਂ ਬਹੁਤ ਹੀ ਵੈਲ ਪ੍ਰਪੇਅਰਡ ਹੋ ਕੇ ਗਏ ਆ, ਅਤੇ ਮੈਨੂੰ ਪੂਰੀ ਆਸ ਉਮੀਦ ਆ ਸੈਮੀਫਾਈਨਲ ਮੈਚ ਇੱਕ ਲਾਸਟ ਸਟੈਪ ਆ, ਉਹਨੂੰ ਜਿੱਤ ਕੇ ਫਾਈਨਲ ਦੇ ਮੈਚ ਵਿੱਚ ਅਗਰ ਪਹੁੰਚਦੇ ਆ ਤਾਂ ਡੈਫੀਨੇਟਲੀ ਜਿੱਤ ਕੇ ਆਉਂਗੇ, ਪੱਕਾ ਗੋਲ ਡਾਊਗਾ, 100% ਚਾਂਸਿਸ ਤਾਂ ਇਹ ਆ ਕਿ ਦੇਖੋ ਟੀਮ ਦੀ ਇੱਕ ਫਲੋ ਹੁੰਦਾ ਆ, ਇਸ ਟਾਈਮ ਸਾਡੀ ਟੀਮ ਦਾ ਪੂਰਾ ਫਲੋ ਆ, ਮੈਚ ਬਾਏ ਮੈਚ ਜਾ ਰਹੇ ਨੇ ਵਧੀਆ, ਕਿਤੇ ਨਾ ਕਿਤੇ ਕੁਆਟਰ ਫਾਈਨਲ ਦੇਖਿਆ 10 ਪਲੇਅਰਾਂ ਦੇ ਨਾਲ ਖੇਡੇ, 80% ਮੈਚ ਆਪਾਂ 10 ਪਲੇਅਰਾਂ ਨੇ ਖੇਡੇ, ਹਾਂਜੀ ਬੜੇ ਅਟੈਕ ਕੀਤੇ ਹੈ ਨਾ ਉਹਨਾਂ ਨੇ, ਪਰ ਆਪਾਂ ਡਿਫੈਂਸ ਬਹੁਤ ਚੰਗਾ ਕੀਤਾ, ਜਿਸ ਹਿਸਾਬ ਨਾਲ ਆਪਣੇ ਗੋਲਕੀਪਰ ਖੇਡ ਰਹੇ ਨੇ, ਆਪਣੇ ਫੁੱਲ ਬੈਕ ਹਰਮਨਪ੍ਰੀਤ ਅਤੇ ਬਾਕੀ ਫਾਰਵਰਡ ਲਾਈਨ ਜਿੱਦਾਂ ਖੇਡ ਰਹੀ ਆ, ਅਤੇ ਕੰਬੀਨੇਸ਼ਨ ਟੀਮ ਦਾ ਬਹੁਤ ਵਧੀਆ ਹੈ, ਐਸੇ ਟੀਮ ਡਿਫੈਂਸ ਕਰ ਰਹੇ ਨੇ ਸਾਰੇ, ਅਤੇ ਬਾਕੀ ਟੀਮਸ ਨੂੰ ਜ਼ਿਆਦਾ ਓਪਰਚੁਨਿਟੀ ਨਹੀਂ ਦੇ ਰਹੇ, ਅਤੇ ਉਸ ਹਿਸਾਬ ਨਾਲ ਲੱਗਦਾ ਕਿ ਵਧੀਆ ਰਿਜ਼ਲਟ ਲੈ ਕੇ ਆਉਣਗੇ। ਅੱਛਾ ਬਾਈ, ਸ਼੍ਰੀ ਇਸ ਦੀ ਆਪਾਂ ਗੱਲ ਕਰੀਏ, ਕਹਿੰਦੇ ਚੀਨ ਦੀ ਦੀਵਾਰ ਬਣਿਆ ਖੜਾ ਮੁੰਡਾ, ਬੜੇ ਸੋਹਣੇ ਗੋਲ ਰੋਕਦਾ ਹੈਗਾ, ਤੁਸੀਂ ਵੀ ਉਹਨਾਂ ਨਾਲ ਖੇਡੇ ਹੋ, ਕਿਵੇਂ ਦਾ ਸੁਭਾਅ ਬਾਈ ਦਾ, ਕਿਵੇਂ ਤੁਹਾਨੂੰ ਵੀ ਗਾਈਡ ਕਰਦਾ ਰਹਿੰਦਾ ਸੀ ਪਿਛਲੇ, ਮੈਂ ਆਪਾਂ ਓਲੰਪਿਕ ਦੇ ਵਿੱਚ ਵੀ ਦੇਖਿਆ ਕਿ ਵੀ ਦੇਖਿਆ ਕਿ ਟੀਮ ਨੂੰ ਬਹੁਤ ਗਾਈਡ ਕਰਦਾ ਸੀ, ਇਸ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ? ਐਕਸਪੀਰੀਅੰਸ ਬਹੁਤ ਵਧੀਆ ਕਿ ਉਹ ਇੱਕ ਲਾਸਟ ਮੈਨ ਆ ਸਾਡੀ ਟੀਮ ਦਾ, ਅਸੀਂ ਅਗਰ 10 ਜਣੇ ਬੀਟ ਹੋ ਜਾਂਦੇ ਹਾਂ ਤਾਂ ਉਹ ਲਾਸਟ 11ਵਾਂ ਪਲੇਅਰ ਆ ਜਿਹਨੂੰ ਕਿ ਬੀਟ ਕਰਨਾ ਬਹੁਤ ਹੀ ਮੁਸ਼ਕਲ ਆ ਬਾਕੀ ਟੀਮਾਂ ਵਾਸਤੇ। ਉਹਦੇ ਲਈ ਇਹ ਆ ਕਿ ਉਹਨਾਂ ਦਾ ਜਿਹੜਾ ਪੋਜ਼ਿਟਿਵ ਐਟੀਟਿਊਡ ਆ ਜਿਹੜਾ ਕਿ ਉਹਨਾਂ ਨੂੰ ਬਹੁਤ ਹੈਲਪਫੁਲ ਕਰਦਾ ਆ, ਅਤੇ ਸਾਨੂੰ ਇਹ ਆ ਕਿ ਜਦੋਂ ਲਾਸਟ ਮੈਨ ਖੜ ਕੇ ਕਮਾਂਡ ਦਿੰਦਾ ਆ ਅਤੇ ਉਹ ਸਾਰੀ ਕਮਾਂਡ ਜਦੋਂ ਟੀਮ ਸੁਣਦੀ ਆ ਅਤੇ ਬੈਟਰਮੈਂਟ ਹੀ ਟੀਮ ਦੀ ਹੁੰਦੀ ਆ, ਅਤੇ ਮੈਂ ਇਹ ਸਮਝਦਾ ਹਾਂ ਕਿ ਸ਼੍ਰੀ ਜੇਸ਼ ਭਾਅ ਜੀ ਆਪਣੇ ਆਉਣ ਵਾਲੇ ਮੈਚਸ ਵਿੱਚ ਟੀਮ ਨੂੰ ਇੱਦਾਂ ਹੀ ਗਾਈਡ ਕਰਦੇ ਰਹਿਣਗੇ ਅਤੇ ਆਪਣਾ ਰੋਲ ਵੀ ਵਧੀਆ ਨਿਭਾਉਂਦੇ ਰਹਿਣਗੇ। ਅੱਛਾ ਬਾਈ, ਕਪਤਾਨ ਹਰਮਨਪ੍ਰੀਤ ਦੇ ਨਾਲ ਵੀ ਤੁਸੀਂ ਖੇਡੇ ਹੋ ਨਾ,
ਹੁਣ ਵੀ ਆਪਾਂ ਹਾਕੀ ਦੇ ਗਰਾਊਂਡ ਦੇ ਵਿੱਚ ਖੜ੍ਹੇ ਹਾਂ, ਹਾਕੀ ਦੇ ਨਾਲ ਬੜਾ ਪਿਆਰ ਆ ਤੁਹਾਡਾ, ਹਾਕੀ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਰਹੀ ਹੈ ਕਿਉਂਕਿ 8 ਗੋਲਡ ਮੈਡਲ ਆਪਾਂ ਜਿੱਤੇ ਨੇ ਅਤੇ ਉਹਦੇ ਵਿੱਚ ਵੱਡੇ ਪਲੇਅਰ ਪੰਜਾਬੀ ਹੁੰਦੇ ਸੀ, ਬੜਾ ਯੋਗਦਾਨ ਪੰਜਾਬੀਆਂ ਦਾ ਹੁੰਦਾ ਸੀ। ਅਤੇ ਤੁਹਾਡੀ ਜਿਹੜੀ ਹਾਕੀ ਦੀ ਸ਼ੁਰੂਆਤ ਆ ਉਹ ਕਿੱਥੋਂ ਹੁੰਦੀ ਆ ਅਤੇ ਕਿਵੇਂ ਤੁਸੀਂ ਹਾਕੀ ਦੇ ਗਰਾਊਂਡ 'ਚ ਆਏ? ਮੇਰਾ ਜੀ ਬੈਕਗਰਾਊਂਡ ਚਾਹਲ ਕਲਾਂ ਪਿੰਡ ਬਟਾਲਿਆ ਡਿਸਟ੍ਰਿਕਟ ਦਾ ਰਹਿਣ ਵਾਲਾ, ਗੁਰਦਾਸਪੁਰ ਡਿਸਟ੍ਰਿਕਟ ਦਾ। ਸੋ ਮੇਰੇ ਪਿੰਡ 'ਚ ਸਰਕਾਰੀ ਸਕੂਲ ਦੀ ਗਰਾਊਂਡ ਆ ਅਤੇ ਸਾਡੇ ਚਾਚੇ ਤਾਏ ਮੇਰਾ ਫੈਮਿਲੀ ਮੈਂਬਰਸ ਬ੍ਰਦਰ ਸਾਰੇ ਹਾਕੀ ਦੇ ਨਾਲ ਹੀ ਜਾਣੇ ਜਾਂਦੇ ਸੀਗੇ ਜੀ। ਸਾਡੇ ਪਿੰਡ ਦੀ ਹਾਕੀ ਆਪਣੇ ਏਰੀਆ 'ਚ ਗੁਰਦਾਸਪੁਰ 'ਚ ਮੰਨੀ ਪਰਮੰਨੀ ਸੀਗੀ ਅਤੇ ਉਹਦੇ ਨਾਲ ਸਾਨੂੰ ਵੀ ਸੀਗਾ ਜਦੋਂ ਵੀ ਸਕੂਲ ਤੋਂ ਕਿਸੇ ਨੇ ਆਉਣਾ ਤਾਂ ਇੱਕ ਹੀ ਘਰ ਦੇ ਵਿੱਚ ਵੀ ਹਾਕੀ ਪਈ ਹੁੰਦੀ ਸੀਗੀ ਅਤੇ ਗੱਲਾਂ ਵੀ ਹਾਕੀ ਦੀਆਂ ਹੁੰਦੀਆਂ ਸੀ ਅਤੇ ਸਾਡੇ ਕਲਚਰ ਹੀ ਹਾਕੀ ਦਾ ਸੀਗਾ ਸਾਡੇ ਨਾਲ ਪਿੰਡ ਤੋਂ। ਹਾਂਜੀ, ਉੱਥੇ ਗਰਾਊਂਡ ਸੀਗਾ ਟਰਫ ਵਾਲਾ ਤਾਂ ਹੋਣਾ ਨਹੀਂ? ਟਰਫ ਨਹੀਂ, ਗਰਾਸ ਦਾ ਗਰਾਊਂਡ ਸੀ। ਗਰਾਸ ਦਾ ਗਰਾਊਂਡ ਸੀ। ਟਰਫ 'ਤੇ ਪਹਿਲੀ ਵਾਰ ਕਦੋਂ ਆਏ? 2008 'ਚ ਆਏ, 7 'ਚ ਜਦੋਂ ਸੁਰਜੀਤ ਅਕੈਡਮੀ 'ਚ ਸਾਡੀ ਸਿਲੈਕਸ਼ਨ ਹੋ ਗਈ ਉਸ ਟਾਈਮ ਪਹਿਲੀ ਵਾਰੀ ਟਰਫ 'ਤੇ ਖੇਡਣ ਦਾ ਸਾਡੇ ਪਿੰਡਾਂ ਦੇ ਵਿੱਚ ਜੰਮਿਆ ਮੁੰਡਾ ਇੱਕ ਦੁਨੀਆਂ ਦੀ ਵੱਡੀ ਟੀਮ ਦੇ ਵਿੱਚ ਖੇਡਿਆ ਅਤੇ ਦੁਨੀਆਂ ਦੀ ਵੱਡੀ ਟੀਮ ਨੂੰ ਟੱਕਰ ਦਿੱਤੀ ਹੈ ਪਿੰਡਾਂ 'ਚ ਉੱਠ ਕੇ, ਵੱਡੇ ਮਾਣ ਵਾਲੀ ਗੱਲ ਹੈ। ਬੜੀ ਸਾਡੇ ਸਾਰੇ ਹੀ ਸਾਡੇ, ਮੈਂ ਦੱਸਣਾ ਚਾਹਾਂਗਾ ਜਿੰਨੇ ਵੀ ਸਾਡੇ ਟੀਮ ਮੈਂਬਰਸ ਨੇ ਸਾਰੇ ਪਿੰਡਾਂ ਤੋਂ ਹੀ ਆਏ ਹੋਏ ਨੇ ਅਤੇ ਕੋਈ ਸਾਡਾ ਮਤਲਬ ਬਹੁਤ ਜੇ ਤੁਸੀਂ ਕਹਿ ਲਓ ਕਿ ਸ਼ਹਿਰਾਂ 'ਚੋਂ ਨਿਕਲ ਕੇ ਮੁੰਡੇ ਬਹੁਤ ਘੱਟ ਆਏ ਨੇ, ਬਟ ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਨੇ ਰਾਈਟ ਨਾਓ ਵੀ ਜਿਹੜੇ ਵੀ ਖੇਡ ਰਹੇ ਇੰਟਾਇਰ ਕੰਟਰੀ 'ਚੋਂ ਤੁਸੀਂ ਲਾ ਲਓ, ਮੋਸਟ ਆਫ ਦਾ ਬੈਕਗਰਾਊਂਡ ਜਿਹੜਾ ਆ ਫੈਮਿਲੀ ਬੈਕਗਰਾਊਂਡ ਫਾਰਮਿੰਗ ਦਾ ਹੀ ਆ। ਘੱਟ ਹੁੰਦੀਆਂ ਪਰ ਪੰਜਾਬੀ ਖੂਨ ਆ ਸਾਡੇ ਖੂਨ 'ਚ, ਹਾਕੀ ਆ ਸਾਡੇ ਖੂਨ 'ਚ, ਕਹਿੰਦੇ ਖਿੱਦੋ ਖੁੰਦੀ ਆ ਤਾਂ ਉਹ ਚੀਜ਼ ਵੀ ਕੰਮ ਦਿੰਦੀ ਆ? ਆਫਕੋਰਸ ਦਿੰਦੀ ਆ ਜੀ, ਜਦੋਂ ਤੁਹਾਡੀ ਫੈਮਿਲੀ ਨੇ ਹੀ ਤੁਹਾਨੂੰ ਗਾਈਡ ਕਰਨਾ, ਕੋਚਿਸ ਨੇ ਗਾਈਡ ਕਰਨਾ ਅਤੇ ਫੈਮਿਲੀ ਉਸ ਪਾਥ 'ਚੋਂ ਲੰਘੀ ਹੋਈ ਹੁੰਦੀ ਆ ਜੀ ਅਤੇ ਉਸ ਦੀ ਹੈਲਪ ਬਹੁਤ ਮਿਲਦੀ ਆ। ਬਿਲਕੁਲ, ਤਾਂ ਬਾਈ ਲੱਗਦਾ ਕਿ ਦੁਬਾਰੇ ਫਿਰ ਹਾਕੀ ਦੇ ਚੰਗੇ ਦਿਨ ਆ ਗਏ ਕਿਉਂਕਿ ਪਹਿਲਾਂ ਇਤਿਹਾਸ ਆਪਾਂ ਪੜ੍ਹੀਏ 1928 ਤੋਂ ਲੈ ਕੇ 1980 ਤੱਕ ਅਸੀਂ ਮੈਡਲ ਜਿੱਤਦੇ ਰਹੇ ਹਾਂ, ਫਿਰ ਬ੍ਰੇਕਾਂ ਲੱਗੀਆਂ ਸੀ, 41 ਸਾਲ ਦਾ ਸੋਕਾ ਪਿਆ ਸੀ, ਹੁਣ ਪਿਛਲੀ ਓਲੰਪਿਕ ਦੇ ਵਿੱਚ ਵੀ ਮੈਡਲ ਆਇਆ ਅਤੇ ਐਤਕੀ ਵੀ ਪੂਰੀਆਂ ਉਮੀਦਾਂ, ਲੱਗਦਾ ਕਿ ਸੁਨਹਿਰੀ ਦਿਨ ਵਾਪਸ ਆ ਗਿਆ ਹਾਕੀ ਦੇ? ਲੱਗਦਾ ਹੈ ਜੀ ਕਿ ਜਿਸ ਤਰੀਕੇ ਨਾਲ ਸਾਡੀ ਟੀਮ ਪਰਫੋਰਮੈਂਸ ਕਰ ਰਹੀ ਆ, ਹਰ ਮੇਜਰ ਈਵੈਂਟਸ ਦੇ ਵਿੱਚ ਆਪਾਂ ਮੈਡਲ ਟੈਲੀ ਦੀ ਲਾਈਨ 'ਚ ਹੁੰਦੇ ਹਾਂ, ਸੈਮੀਫਾਈਨਲਸ ਖੇਡਦੇ ਹਾਂ। ਦੇਖੋ ਮੈਂ ਟੂਰਨਾਮੈਂਟ ਤਾਂ ਕਿਸੇ ਦੋ ਟੀਮਾਂ ਨੇ ਜਿੱਤਣਾ ਹੁੰਦਾ ਹੈ, ਕਿਸੇ ਦਾ ਗੋਲਡ ਸਿਲਵਰ, ਇਹ ਦੋ ਮੇਜਰ ਮਤਲਬ ਮੈਡਲ ਵਾਲੀ ਮੰਨੇ ਜਾਂਦੇ ਆ ਅਤੇ ਆਪਾਂ ਉਹ ਹਰ ਵਾਰੀ ਹਰ ਮੇਜਰ ਟੂਰਨਾਮੈਂਟ 'ਚੋਂ ਪਿਛਲੇ 5-7 ਸਾਲਾਂ 'ਚੋਂ ਉਸ ਲਾਈਨ ਦੇ ਵਿੱਚ ਹੁੰਦੇ ਹਾਂ ਅਤੇ ਕਿਤੇ ਨਾ ਕਿਤੇ ਬਾਕੀ ਯੰਗਸਟਰਸ ਨੂੰ ਬੜਾ ਉਤਸ਼ਾਹ ਮਿਲਦਾ ਹੈ, ਜਿਵੇਂ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦੀ ਗਰਾਊਂਡ 'ਚ ਭਰੀਆਂ ਹੋਈਆਂ ਨੇ। ਮੈਂ ਸਮਝਦਾ ਕਿ ਇਹ ਸਾਡੇ ਸਾਰਿਆਂ ਦੀ ਮਿਹਨਤ ਆ, ਮਿਹਨਤ ਸਦਕਾ ਇਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲਦਾ ਆ। ਅੱਛਾ ਬਾਈ, ਕਪਤਾਨ ਦੀ ਆਪਾਂ ਗੱਲ ਕਰੀਏ ਤਾਂ ਆਪਣਾ ਕਪਤਾਨ ਹਰਮਨਪ੍ਰੀਤ ਬਹੁਤ ਸੋਹਣਾ ਮੁੰਡਾ ਖੇਡ ਰਿਹਾ, ਜਿਹਨੂੰ ਸਰਪੰਚ ਵੀ ਕਹਿਣ ਲੱਗ ਗਏ ਹੁਣ ਆਪਾਂ, ਤੁਸੀਂ ਵੀ ਮਨਪ੍ਰੀਤ ਦੇ ਨਾਲ ਅਤੇ ਹਰਮਨਪ੍ਰੀਤ ਦੇ ਨਾਲ ਖੇਡੇ ਹੋ, ਕਿਸ ਤਰ੍ਹਾਂ ਦਾ ਸੁਭਾਅ ਹਰਮਨਪ੍ਰੀਤ ਦਾ ਕਪਤਾਨ ਦਾ, ਕਿੰਨਾ ਕਿੰਨਾ ਕੁ ਟੀਮ ਨੂੰ ਗਾਈਡ ਕਰਦਾ, ਕਿੰਨੀ ਕੁ ਸਪਿਰਿਟ ਭਰਦੇ ਆ ਬਾਈ? ਨਹੀਂ ਦੇਖੋ ਜੀ, ਅਸੀਂ ਸਟਾਰਟਿੰਗ 'ਚੋਂ ਸਕੂਲ 'ਚੋਂ ਹੀ ਇਕੱਠੇ ਹਾਂ। ਅੱਛਾ, ਸਾਡੇ ਸਾਰੇ ਮੁੰਡੇ ਜਿੰਨੇ ਵੀ ਮਤਲਬ ਟੀਮ ਦੇ ਵਿੱਚ ਖੇਡ ਰਹੇ ਨੇ ਆਲਮੋਸਟ 80-90% ਅਸੀਂ ਸਕੂਲਿੰਗ ਤੋਂ ਇਕੱਠੇ ਹਾਂ। ਸਾਡਾ ਜਿਹੜਾ ਬਿਲਡ ਆ ਉਹ ਬਹੁਤ ਸਟਰੋਂਗ ਆ ਅਤੇ ਐਜ਼ ਏ ਬ੍ਰਦਰਹੁੱਡ ਵਾਂਗੂ ਆ। ਅਤੇ ਉਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਜੀ ਕਪਤਾਨ ਸੀਗੇ ਸਾਡੇ ਅਤੇ ਉਹਨਾਂ ਨੇ ਬੜਾ ਗਾਈਡ ਕੀਤਾ, ਉਸ ਤੋਂ ਬਾਅਦ ਹਰਮਨ ਜੀ ਆ ਗਏ, ਉਹਨਾਂ ਨੇ ਟੀਮ ਨੂੰ ਬੜਾ ਵਧੀਆ ਲੀਡ ਕੀਤਾ, ਬੜਾ ਕਾਮ ਕੰਪੋਜ਼ ਰਹਿ ਕੇ ਖੇਡਦੇ ਨੇ, ਆਪਣੇ ਟਾਸਕ ਦੇ ਉੱਪਰ ਪਹਿਲਾਂ ਫੋਕਸ ਰੱਖਦੇ ਨੇ ਅਤੇ ਜਿਹੜੀ ਟੀਮ ਨੂੰ ਜਿਸ ਟਾਈਮ ਦੀ ਗੋਲ ਦੀ ਰਿਕੁਆਇਰਮੈਂਟ ਹੁੰਦੀ ਉਹ ਹਮੇਸ਼ਾ ਫੁਲਫਿਲ ਕੀਤੀ ਉਹਨਾਂ ਨੇ ਅਤੇ ਇੱਕ ਚੰਗੇ ਲੀਡਰ ਦੇ ਨਾਲ ਵੀ ਜਾਣਾ ਜਾਂਦਾ। ਬਿਲਕੁਲ, ਜਦੋਂ ਪੀ ਸੀ ਆਉਂਦੀ ਆ ਤਾਂ ਜਦੋਂ ਉਦੋਂ ਸੱਦਦੇ ਆ ਫਿਰ ਕਹਿੰਦੇ ਆ ਜਾਓ ਸਰਪੰਚ ਸਾਹਿਬ ਤੁਹਾਡੀ ਲੋੜ ਆ ਹੁਣ। ਉਹੀ ਨਾ ਕਿ ਦੇਖੋ ਆਪਣਾ ਐਜ਼ ਏ ਕੈਪਟਨ ਨੂੰ ਆਪਣਾ ਰੋਲ ਟੀਮ ਨੂੰ ਲੈ ਕੇ ਚੱਲਦੇ ਨੇ, ਗਾਈਡ ਕਰਦੇ ਨੇ ਇਸ ਟਾਈਮ ਕਿਹੜੀ ਕਿਹੜੇ ਪਲੈਨਿੰਗ ਨਾਲ ਖੇਡਣਾ ਆ, ਪਲੱਸ ਆਪਣਾ ਐਫਰਟ ਦੇ ਕੇ 100% ਗੋਲ ਨੂੰ ਕਨਵਰਜ਼ਨ ਕਰਨਾ ਬੜੀ ਵੱਡੀ ਗੱਲ ਆ ਅਤੇ ਉਹ ਮਤਲਬ ਫੁਲਫਿਲ ਪਲੇਅਰ ਕਹਿ ਸਕਦੇ ਉਹਨਾਂ ਨੂੰ। ਹਰਮਨਪ੍ਰੀਤ ਕਪਤਾਨ ਦੇ ਨਾਲ ਤੁਸੀਂ ਲੰਬਾ ਸਮਾਂ ਰਹੇ ਹੋ, ਹਾਕੀ ਖੇਡੀ ਆ, ਕਿੱਦਾਂ ਦਾ ਸੁਭਾਅ ਬਾਈ ਦਾ, ਕਿਸ ਤਰ੍ਹਾਂ
ਜਿਵੇਂ ਮੈਂ ਕਿਹਾ ਕਿ ਉਹ ਬੜੇ ਕਾਮ ਸੁਭਾਅ ਦੇ ਮਾਲਕ ਨੇ ਤੇ ਬੜਾ ਮਤਲਬ ਥੋੜਾ ਜਿਹਾ ਰਿਜ਼ਰਵ ਰਹਿੰਦੇ ਨੇ ਤੇ ਬੜਾ ਪੋਜ਼ਿਟਿਵ ਮਾਈਂਡ ਸੈਟਅਪ ਉਹਨਾਂ ਦਾ ਹੈਗਾ ਆ ਤੇ ਟੀਮ ਨੂੰ ਇੱਕ ਨਜ਼ਰ ਨਾਲ ਦੇਖਣ ਵਾਲਾ ਇਨਸਾਨ ਆ ਜੀ ਹਰਮਨਪ੍ਰੀਤ। ਹਾਂਜੀ, ਹੀਰਾ ਸਾਡੇ ਪੰਜਾਬ ਦਾ, ਡੈਫੀਨੇਟਲੀ ਨਹੀਂ ਕਹਿ ਸਕਦੇ, ਸਾਂਭ ਕੇ ਰੱਖਣ ਵਾਲਾ, ਬਿਲਕੁਲ ਸਾਂਭ ਕੇ ਰੱਖਣ ਵਾਲਾ। ਤਾਂ ਬਈ ਦਰਸ਼ਕਾਂ ਨੂੰ ਖੇਡ ਦੇ ਵਿੱਚ ਸਾਡੇ ਨੂੰ ਦੱਸਿਓ ਕਿ ਹਾਕੀ ਨੂੰ ਕਿਵੇਂ ਦੇਖਦੇ ਹੋ, ਹਾਕੀ ਦਾ ਭਵਿੱਖ ਕਿਵੇਂ ਦੇਖਦੇ ਹੋ? ਜਿਵੇਂ ਆਪਣੇ ਹੁਣ ਮੈਡਲ ਆਇਆ ਗਾ ਟੋਕੀਓ ਦੇ ਵਿੱਚ, ਆਇਆ ਗਾ ਏਸ਼ੀਆ ਦੇ ਵਿੱਚ ਆਪਣਾ ਮੈਡਲ ਆਇਆ, ਕਾਮਨਵੈਲਥ ਦੇ ਵਿੱਚ ਵੀ ਆਪਾਂ ਵਧੀਆ ਖੇਡੇ ਹਾਂ, ਕਿਵੇਂ ਲੱਗਦਾ ਤੁਹਾਨੂੰ ਭਵਿੱਖ ਹਾਕੀ ਦਾ? ਮੈਨੂੰ ਲੱਗਦਾ ਕਿ ਆਉਣ ਵਾਲਾ ਟਾਈਮ ਹਾਕੀ ਦਾ ਇੱਕ ਵਧੀਆ ਹੋਏਗਾ, ਜਿਵੇਂ ਕਿ ਹੋਈ ਨਵੰਬਰ ਦਸੰਬਰ ਦੇ ਵਿੱਚ ਹਾਕੀ ਇੰਡੀਆ ਲੀਗ ਵੀ ਸ਼ੁਰੂ ਹੋਣ ਜਾ ਰਹੀ ਹੈ, ਜਿਹਦੇ ਨਾਲ ਆਡੀਅੰਸ ਨੂੰ ਵੀ ਥੋੜ੍ਹਾ ਜਿਹਾ ਐਂਟਰਟੇਨ ਹੋਣ ਦਾ ਮੌਕਾ ਮਿਲੂਗਾ, ਇੰਟਰੈਕਟ ਹੋਣ ਦਾ ਮੌਕਾ ਮਿਲੂਗਾ। ਜਿਵੇਂ ਪਹਿਲਾਂ PHL ਹੁੰਦੀ ਸੀ, HIL ਹੁੰਦਾ ਸੀਗਾ, ਇਵੇਂ ਹਾਕੀ ਇੰਡੀਆ ਨੇ ਇਨੀਸ਼ੀਏਟ ਕੀਤਾ ਦੁਬਾਰਾ, ਤੋਂ ਫਿਰ ਹਾਕੀ ਇੰਡੀਆ ਲੀਗ ਸ਼ੁਰੂ ਹੋਣ ਜਾ ਰਹੀ, ਜਿਹਦੇ ਨਾਲ ਕਿ ਇੰਟਰਨੈਸ਼ਨਲ ਪਲੇਅਰਸ ਆਉਣਗੇ, ਉਹਨਾਂ ਨੂੰ ਆਪਣੇ ਜਿਹੜੇ ਵਰਲਡ ਦੇ ਟੌਪ ਪਲੇਅਰਸ ਨੇ ਆਪਣੀ ਜਨਰੇਸ਼ਨ ਉਹਨਾਂ ਨੂੰ ਦੇਖ ਕੇ ਵੀ ਸਿੱਖ ਸਕਦੀ, ਆਪਣੇ ਪਲੇਅਰਾਂ ਤੋਂ ਵੀ ਸਿੱਖ ਸਕਦੀ, ਅਤੇ ਇੱਕ ਹਾਕੀ ਦਾ ਇੱਕ ਕਲਚਰ ਡਿਵੈਲਪ ਹੋਊਗਾ ਜਿਹਦੇ ਨਾਲ ਕਿ ਆਉਣ ਵਾਲੀ ਜਨਰੇਸ਼ਨ ਨੂੰ ਬਹੁਤ ਬੈਨੀਫਿਟ ਹੋਊਗਾ। ਬਈ ਆਪਾਂ ਜੇਕਰ ਗੱਲ ਕਰੀਏ ਇੰਡੀਆ ਹਾਕੀ ਟੀਮ ਦੀ, ਤਾਂ ਤੁਸੀਂ ਵੀ ਜਿਵੇਂ ਪਹਿਲੀ ਵਾਰ ਗਏ ਸੀਗੇ ਵੱਡੇ ਟੂਰਨਾਮੈਂਟ 'ਤੇ, ਓਲੰਪਿਕ ਦੁਨੀਆ ਦਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ, ਹੈ ਨਾ, ਬਗਾਨੇ ਦੇਸ਼ ਜਾ ਕੇ ਸਭ ਤੋਂ ਵੱਡੀਆਂ ਟੀਮਾਂ ਦੇ ਨਾਲ, ਛੋਟੀਆਂ ਟੀਮਾਂ ਦੇ ਨਾਲ ਮੈਚ ਜਦੋਂ ਖੇਡਦੇ ਹੋ, ਤਾਂ ਕਹਿੰਦਾ ਕਿ ਪ੍ਰੈਸ਼ਰ ਹੁੰਦਾ, ਕਿਹੋ ਜਿਹਾ ਮਾਹੌਲ ਹੁੰਦਾ ਜਿਹੜੇ ਆਪਣੇ ਪਹਿਲੀ ਵਾਰ ਐਤਕੀ ਵੀ ਮੁੰਡੇ ਖੇਡ ਰਹੇ ਆ ਹਾਕੀ ਟੀਮ ਦੇ ਵਿੱਚ? ਤਾਂ ਪਹਿਲੀ ਵਾਰ ਜਦੋਂ ਓਲੰਪਿਕ ਖੇਡਦੇ ਹੋ, ਵੱਡੇ ਵੱਡੀਆਂ ਟੀਮਾਂ ਕੋਲ ਜਾਂਦੇ ਹੋ, ਅੱਗੇ ਤੁਹਾਡੇ ਵੱਡੀਆਂ ਟੀਮਾਂ ਹੁੰਦੀਆਂ, ਕਿਸ ਤਰ੍ਹਾਂ ਫਿਰ ਮਾਈਂਡ ਸੈੱਟ ਕਿਵੇਂ ਹੁੰਦਾ ਉਦੋਂ, ਕਿ ਪਲੈਨਿੰਗ ਕੀ ਹੁੰਦੀ ਆ? ਦੇਖੋ ਜੀ, ਜਦੋਂ ਵੀ ਕੋਈ ਮੇਜਰ ਇਵੈਂਟ ਖੇਡਣ ਜਾਂਦਾ ਐਜ਼ ਅ ਪਲੇਅਰ, ਨਰਵਸਨੈਸ ਹੁੰਦੀ ਹੈ, ਕਿਉਂਕਿ ਵੀ ਆਰ ਹਿਊਮਨ ਬੀਂਗ, ਹੈ ਨਾ, ਨਰਵਸਨੈਸ ਥੋੜ੍ਹੀ ਜਿਹੀ ਰਹਿੰਦੀ ਹੈ, ਬਟ ਉਹਦੇ ਲਈ ਸਾਨੂੰ ਪ੍ਰੋਪਰ ਟੈਕਨੀਕਸ ਦਿੱਤੀਆਂ ਜਾਂਦੀਆਂ, ਸਾਡੇ ਮੈਂਟਲ ਟਫਨੈਸ ਕੋਚਿਸ ਹੁੰਦੇ ਨੇ, ਉਹ ਕਲਾਸਿਸ ਅਟੈਂਡ ਕਰਦੇ ਨੇ ਕਿ ਆਪਣੇ ਆਪਣੀ ਮੋਸ਼ਨਸ ਨੂੰ ਕਿੱਦਾਂ ਕੰਟਰੋਲ ਰੱਖਣਾ, ਅੰਡਰ ਪ੍ਰੈਸ਼ਰ ਕਿੱਦਾਂ ਖੇਡਣਾ, ਉਹ ਸਾਰੀ ਇੱਕ ਟ੍ਰੇਨਿੰਗ ਦਾ ਹਿੱਸਾ ਹੀ ਹੈ ਸਾਡਾ, ਅਤੇ ਸਾਨੂੰ ਵੈਲ ਪ੍ਰਪੇਅਰ ਕਰਕੇ ਹੀ ਟੂਰਨਾਮੈਂਟ ਦੇ ਵਿੱਚ ਉਤਾਰਿਆ ਜਾਂਦਾ। ਤਾਂ ਬਈ ਇੱਕ ਭਾਰਤੀ ਹਾਕੀ ਟੀਮ ਲਈ ਖਬਰ ਚੰਗੀ ਨਹੀਂ, ਇੱਕ ਆਪਣਾ ਮੁੰਡਾ ਜਿਹੜਾ ਉਹਨੂੰ ਰੈੱਡ ਕਾਰਡ ਦਿੱਤਾ ਗਿਆ ਸੀਗਾ, ਹੈ ਨਾ, ਅਤੇ ਅਮਿਤ ਨੂੰ ਕੀ ਲੱਗਦਾ ਉਹਦਾ ਘਾਟਾ ਕਿੰਨਾ ਕੁ, ਕਮੀ ਕਿੰਨੀ ਕੁ ਮਹਿਸੂਸ ਹੋਊਗੀ ਸੈਮੀਫਾਈਨਲ ਮੈਚ? ਆਫਕੋਰਸ ਕਮੀ ਮਹਿਸੂਸ ਤਾਂ ਕਾਫੀ ਹੋਊਗੀ, ਕਿਉਂਕਿ ਤਿੰਨ ਚੀਜ਼ਾਂ ਆਪਾਂ ਲੂਜ਼ ਕੀਤੀਆਂ ਵਿਦ ਅਮਿਤ ਰੋਹਿਦਾਸ। ਫਸਟ ਆਫ ਆਲ ਇੱਕ ਡਿਫੈਂਡਰ ਲੂਜ਼ ਕੀਤਾ, ਸੈਕਿੰਡ ਇੱਕ ਅੱਛਾ ਰਸ਼ਰ ਜਿਹੜਾ ਕਿ ਓਪੋਨੈਂਟ ਟੀਮ ਦਾ ਪਲੈਂਟੀ ਕਾਰਨਰ ਡਿਫੈਂਡ ਕਰਦੇ ਨੇ, ਉਹਨਾਂ 'ਚ ਉਹਨਾਂ ਦੀ ਮਾਸਟਰੀ ਸੀਗੀ। ਥਰਡ ਕਿ ਆਪਾਂ 16 ਪਲੇਅਰਸ ਦੀ ਜਗ੍ਹਾ 15 ਰਹਿ ਜਾਵਾਂਗੇ, ਜਿਹਦੇ ਨਾਲ ਚੇਂਜ ਜਨਰੇਸ਼ਨ ਮੇ ਵੀ ਥੋੜ੍ਹਾ ਇਫੈਕਟ ਆਵੇ, ਬਟ ਡੈਫੀਨੇਟਲੀ ਜਿਸ ਲਾਸਟ ਮੈਚ ਜੋ ਸਪਿਰਿਟ ਨਾਲ ਟੀਮ ਖੇਡੀ ਆ, ਅਤੇ ਅਗਰ ਇਸੇ ਸਪਿਰਿਟ ਨਾਲ ਟੀਮ ਖੇਡਦੀ ਆ ਤਾਂ ਸੈਮੀਫਾਈਨਲ ਮੈਚ ਵੀ ਜ਼ਰੂਰ ਕੱਢਣਗੇ। ਤਾਂ ਬਈ ਅਖੀਰ ਦੇ ਵਿੱਚ ਦਰਸ਼ਕਾਂ ਨੂੰ, ਕਿਉਂਕਿ ਪੰਜਾਬ ਦੀ ਧਰਤੀ 'ਤੇ ਆਪਾਂ ਖੜ੍ਹੇ ਹਾਂ, ਪੰਜਾਬੀਆਂ ਦੇ ਖੂਨ 'ਚ ਹਾਕੀ ਆ, ਸਾਡਾ ਇਤਿਹਾਸ ਬੋਲਦਾ, ਹੈ ਨਾ, ਹਾਕੀ ਦੇ ਵਿੱਚ ਪੰਜਾਬੀਆਂ ਦਾ, ਓਲੰਪਿਕ ਖੇਡਾਂ ਚੱਲਰੀਆਂ ਨੇ, ਅੱਜ ਕੱਲ੍ਹ ਦਰਸ਼ਕ ਦੇਖ ਤਾਂ ਰਹੇ ਆ, ਪਰ ਇੱਕ ਗਿਲਾ ਵੀ ਹੁੰਦਾ ਕਿ ਹਾਕੀ ਨੂੰ ਨਾ ਲੋਕ ਨਹੀਂ ਦੇਖਦੇ, ਉਨੀ ਪ੍ਰਸਿੱਧੀ ਨਹੀਂ ਦਿੰਦੇ ਪਲੇਅਰਾਂ ਨੂੰ ਵੀ, ਹਾਕੀ ਨੂੰ ਵੀ, ਤਾਂ ਤੁਸੀਂ ਅਪੀਲ ਕੀ ਕਰੋਗੇ, ਕਿਉਂਕਿ ਹੁਣ ਓਲੰਪਿਕ ਚੱਲ ਰਹੀ ਆ, ਸੈਮੀਫਾਈਨਲ ਮੈਚ ਆਉਣਾ, ਫਿਰ ਫਾਈਨਲ ਮੈਚ ਆਉਣਾ? ਮੇਰੀ ਆਪਣੇ ਦੇਸ਼ ਵਾਸੀਆਂ ਨੂੰ ਇਹ ਅਪੀਲ ਆ, ਖਾਸ ਕਰਕੇ ਪੰਜਾਬ ਵਾਸੀਆਂ ਨੂੰ, ਕਿ ਜ਼ਿਆਦਾ ਤੋਂ ਜ਼ਿਆਦਾ ਆਪਣੀ ਸਪੋਰਟਸ ਨੂੰ ਸਪੋਰਟ ਕਰੋ, ਆਪਣੇ ਪਲੇਅਰਸ ਨੂੰ ਇਸ ਵੇਲੇ ਹੌਸਲਾ ਅਫਜਾਈ ਦੀ ਲੋੜ ਆ, ਜ਼ਿਆਦਾ ਸਪੋਰਟ ਕਰੋ। ਬਿਲਕੁਲ, ਅਤੇ ਆਉਣ ਵਾਲੇ ਟਾਈਮ 'ਚ ਹੋਰ ਵੀ ਟੂਰਨਾਮੈਂਟਸ ਜਿਹੜੇ ਆਉਣੇ ਆ, ਉਹਨਾਂ ਲਈ ਵੀ ਆਪਣੇ ਪਲੇਅਰਸ ਨੂੰ ਸਪੋਰਟ ਕਰਦੇ ਰਹੋ, ਅਤੇ ਆਪਣੇ ਪਲੇਅਰਸ ਬਾਰੇ ਜਾਣੋ ਕਿ ਸਾਡੇ ਕਿਹੜੇ ਪਲੇਅਰਸ ਨੇ, ਪੰਜਾਬ ਦੇ ਕਿਹੜੇ ਹੀਰੇ ਨੇ, ਦੇਸ਼ ਨੂੰ ਰਿਪ੍ਰੈਜੈਂਟ ਕਰ ਰਹੇ ਨੇ। ਬਿਲਕੁਲ, ਅਤੇ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿਓ। ਬਹੁਤ ਵੱਡੀ ਗੱਲ ਆ, ਇੰਡੀਆ ਨੂੰ ਰੀਪ੍ਰਜੈਂਟ ਕਰਨਾ, ਇੱਕ ਪਿੰਡਾਂ 'ਚ ਉੱਠੇ ਹੋਏ ਮੁੰਡੇ ਨੇ, ਹੈ ਨਾ, 140 ਕਰੋੜ ਦੀ ਆਬਾਦੀ ਆ, 29 ਸਟੇਟਾਂ ਨੇ, ਉਹਦੇ ਵਿੱਚੋਂ ਵੀ ਪੰਜਾਬ ਦੇ ਜਦੋਂ 7 ਪਲੇਅਰ ਕਿਤੇ 8 ਪਲੇਅਰ ਸਾਡੇ ਇੰਡੀਆ ਟੀਮ ਦੇ ਵਿੱਚ ਖੇਡਦੇ, ਇੱਕ ਵੱਡੇ ਮਾਣ ਵਾਲੀ ਗੱਲ। ਹਾਂਜੀ ਹਾਂਜੀ, ਮੈਂ ਉਹੀ ਕਹਿਣਾ ਚਾਹੁੰਦਾ ਕਿ ਆਪਣੇ ਪਿੰਡਾਂ ਵਾਲਿਆਂ ਨੂੰ, ਆਪਣੇ ਜਿੰਨੇ ਵੀ ਜਿੱਥੋਂ ਸਰਕਾਰ ਦੀ ਗੱਲ ਕਰੀਏ, ਸਰਕਾਰ ਬਹੁਤ ਇਨੀਸ਼ੀਏਟਿਵ ਲੈ ਕੇ ਬਣਦਾ ਮਾਣ ਸਨਮਾਨ ਦੇ ਰਹੀ ਆ, ਜੋਬਸ ਦੇ ਰਹੀ ਆ,
ਹੋਰ ਵੀ ਅਨੇਕਾਂ ਕਦਮ ਉਠਾਏ ਨੇ ਅਤੇ ਮੈਂ ਆਮ ਅਪੀਲ ਲੋਕਾਂ ਨੂੰ ਕਰਨਾ ਚਾਹੁੰਦਾ ਕਿ ਆਪਾਂ ਨੂੰ ਅੱਗੇ ਆ ਕੇ ਆਪਣੇ ਪਲੇਅਰਸ ਨੂੰ ਰਿਕੋਗਨਾਈਜ਼ ਕਰਕੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਆ। ਪ੍ਰਾਈਵੇਟ ਜਿਹੜੀਆਂ ਇੰਡਸਟਰੀਜ਼ ਲਿਸਟ ਨੇ ਹੋਰ ਨੇ ਉਹਨਾਂ ਨੂੰ ਇਨੀਸ਼ੀਏਟ ਕਰਕੇ ਅਲੱਗ ਅਲੱਗ ਲੈਵਲ 'ਤੇ ਥੋੜ੍ਹਾ ਕੰਟਰੀਬਿਊਟ ਕਰਨਾ ਚਾਹੀਦਾ ਹਾਕੀ ਨੂੰ। ਜੀ ਬਈ, ਤੁਹਾਡੇ ਹੱਥ ਦੇ ਵਿੱਚ ਹਾਕੀ ਆ, ਕਿੰਨਾ ਕੁ ਪਿਆਰਾ ਇਸ ਹਾਕੀ ਨਾਲ? ਦੇਖੋ ਜੀ, ਫਿਫਥ ਕਲਾਸ ਤੋਂ ਬਾਅਦ ਆਹੀ ਸੀਗਾ ਜੋ ਆ, ਜੋ ਕੁਛ ਜ਼ਿੰਦਗੀ ਦਿੱਤਾ ਹਾਕੀ ਨੇ ਦਿੱਤਾ, ਤੋ ਸਾਡਾ ਤਾਂ ਇਸ ਤੋਂ ਇਲਾਵਾ ਕੁਛ ਨਹੀਂ ਹੈ ਜੀ। ਇਸੇ ਹਾਲਾਤ ਪਹਿਲਾਂ ਪਿਆਰ ਰਹੀ ਹੈ, ਓਲੰਪੀਅਨ ਬਣਾਤਾ। ਹਾਂਜੀ, ਮੈਂ ਦੱਸ ਰਿਹਾ ਜੀ, ਕੋਈ ਆਫਿਸਰ ਇੱਕ ਪੜ੍ਹ ਕੇ IAS IPS ਵੱਖਰੇ ਵੱਖਰੇ ਅਹੁਦਿਆਂ 'ਤੇ ਪਹੁੰਚਦਾ, ਸਾਨੂੰ ਜੋ ਕੁਛ ਦਿੱਤਾ ਇਸ ਹਾਕੀ ਨੇ ਦਿੱਤਾ। ਬਾਕੀ ਇੱਕ ਇਹ ਵੀ ਗੱਲ ਹੁੰਦੀ ਹੈ ਨਾ, ਓਲੰਪੀਅਨ ਬਣਨਾ ਵੀ ਬਹੁਤ ਵੱਡੀ ਗੱਲ ਆ, ਇੱਥੇ ਹੋਰ ਚੀਜ਼ਾਂ ਬਹੁਤ ਸੌਖੀਆਂ ਹੋ ਜਾਂਦੀਆਂ ਪਰ ਓਲੰਪੀਅਨ ਬਣਨਾ ਬਹੁਤ ਔਖਾ। ਮੈਡਲ ਆ ਜਿਹੜੇ, ਉਹ ਪੈਸੇ ਵਾਲਾ ਬੰਦਾ ਵੀ ਨਹੀਂ ਲਿਆ ਸਕਦਾ, ਭਾਵੇਂ ਕਿੰਨਾ ਰਿਚ ਆ, ਮੈਡਲ ਪ੍ਰਧਾਨ ਮੰਤਰੀ ਵੀ ਨਹੀਂ ਲਿਆ ਸਕਦਾ, ਮੈਡਲ ਇੱਕ ਪਲੇਅਰ ਨਹੀਂ ਲਿਆਉਣਾ ਹੁੰਦਾ, ਜਿਹੜੇ ਟੈਲੈਂਟ ਹੁੰਦਾ, ਜਿਹੜੀ ਮਿਹਨਤ ਹੁੰਦੀ ਆ, ਉਹੀ ਮੈਡਲ ਲਿਆ ਸਕਦਾ। ਦੇਖੋ ਜੀ, ਇੱਕ ਭਗਤੀ ਆ, ਭਗਤੀ ਦਾ ਨਤੀਜਾ ਹੁੰਦਾ ਮੈਡਲ, ਅਤੇ ਕਿੰਨੇ ਕੰਟੀਨੈਂਟ ਪੂਰਾ, ਕਿੰਨੇ ਕੰਟੀਨੈਂਟ ਪਾਰਟੀਸਪੇਟ ਕਰਦੇ ਨੇ ਓਲੰਪਿਕਸ 'ਚ, ਹਰ ਦੇਸ਼ ਮਿਹਨਤ ਕਰਦਾ ਆ, ਬਟ ਉਸ ਖਾਸ ਦਿਨ 'ਤੇ ਜਿਹਦਾ ਮੈਡਲ ਹੁੰਦਾ ਆ, ਉਹਦੇ ਲਈ ਇੱਕ ਮੋਟੀਵੇਸ਼ਨ ਅਤੇ ਇੱਕ ਮਾਣ ਵਾਲੀ ਗੱਲ ਪੂਰੀ ਹੁੰਦੀ, ਤਾਂ ਕਿਉਂਕਿ ਉਹਨੇ ਉਸ ਦੇ ਪਿੱਛੇ ਜੋ ਮਿਹਨਤ ਕੀਤੀ ਹੁੰਦੀ ਆ, ਉਹਦਾ ਫਲ ਹੁੰਦਾ ਜੀ। ਜੀ, ਬਹੁਤ ਚੰਗਾ ਲੱਗਿਆ ਜੀ ਮਿਲ ਕੇ, ਤੁਸੀਂ ਸਮਾਂ ਦਿੱਤਾ, ਬੜਾ ਤੁਸੀਂ ਕੀਮਤੀ ਸਮੇਂ 'ਚ ਸਮਾਂ ਦਿੱਤਾ, ਬੜਾ ਚੰਗਾ ਲੱਗਿਆ ਮਿਲ ਕੇ, ਅਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਡੇ ਪੰਜਾਬੀ ਮੁੰਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ ਅਤੇ ਮੈਡਲ ਲਿਆਉਂਦੇ ਨੇ। ਥੈਂਕ ਯੂ ਜੀ। ਇਹ ਸਨ ਸਿਮਰਨਪ੍ਰੀਤ ਸਿੰਘ ਜੀ, ਜਿਹੜੇ ਕਿ ਟੋਕੀਓ ਓਲੰਪਿਕ ਦੇ ਵਿੱਚ ਖੇਡੇ ਨੇ, ਓਲੰਪੀਅਨ ਨੇ, ਟੋਕੀਓ ਓਲੰਪਿਕ ਜਦੋਂ ਮੈਡਲ ਜਿੱਤਿਆ ਤਾਂ ਉਸ ਟੀਮ ਦਾ ਹਿੱਸਾ ਸੀ, ਅਤੇ ਇਹਨਾਂ ਨੇ ਕਿਹਾ ਕਿ ਐਤਕੀ ਵੀ ਟੀਮ ਬਹੁਤ ਵਧੀਆ ਕਰ ਰਹੀ ਆ ਅਤੇ ਐਤਕੀ ਵੀ ਸਾਨੂੰ ਮੈਡਲ ਆ ਜਿਹੜਾ ਮਿਲ ਸਕਦਾ, ਅਤੇ ਮੈਡਲ ਦਾ ਜਿਹੜਾ ਰੰਗ ਆ ਉਹ ਵੀ ਬਦਲ ਕੇ ਗੋਲਡ ਐਤਕੀ ਆ ਸਕਦਾ। ਤਾਂ ਸੈਮੀਫਾਈਨਲ ਮੈਚ 'ਤੇ ਨਿਗਾਹਾਂ ਨੇ ਸਭ ਦੀਆਂ, ਅਤੇ ਐਤਕੀ ਭਾਰਤੀ ਹਾਕੀ ਟੀਮ ਤੋਂ ਗੋਲਡ ਮੈਡਲ ਦੀਆਂ ਉਮੀਦਾਂ ਕੀਤੀਆਂ ਜਾ ਰਹੀਆਂ। 1980 ਤੋਂ ਬਾਅਦ ਅਸੀਂ ਗੋਲਡ ਨਹੀਂ ਜਿੱਤਿਆ, ਤਾਂ ਹੁਣ ਐਤਕੀ ਪੂਰੀ ਉਮੀਦ ਆ ਕਿ ਭਾਰਤੀ ਹਾਕੀ ਟੀਮ ਗੋਲਡ ਲੈ ਕੇ ਆਊਗੀ। ਅਤੇ ਸਭ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਕੀ ਨੂੰ ਵੇਖਿਆ ਕਰੋ, ਕਿਉਂਕਿ ਸਾਡੇ ਪੰਜਾਬ ਦੇ ਪਲੇਅਰ ਵੀ ਬਹੁਤ ਖੇਡ ਰਹੇ ਆ, ਅਤੇ ਹਾਕੀ ਦੇ ਵਿੱਚ ਭਾਰਤ ਦਾ ਬਹੁਤ ਸੁਨਹਿਰੀ ਇਤਿਹਾਸ ਆ। ਤਾਂ ਪੈਰਿਸ ਓਲੰਪਿਕ ਦੇ ਵਿੱਚ ਨਿਗਾਹਾਂ ਟਿੱਕੀਆਂ ਹੋਈਆਂ ਨੇ, ਇਸ ਪਲੇਅਰ ਨੇ ਵੀ ਕਿਹਾ ਗਿਆ ਕਿ ਐਤਕੀ ਮੈਡਲ ਆ ਜਿਹੜਾ ਆ ਸਕਦਾ। ਕੈਮਰਾਮੈਨ ਆਪਣੇ ਨਾਲ ਗਵਿੰਦਰ ਸਿੰਘ ਜੰਗੀਆਣਾ, ਤੁਸੀਂ ਪ੍ਰਾਈਮ ਮਿਨਿਸਟਰ TV, ਤੁਹਾਡਾ ਆਪਣਾ, ਤੁਹਾਡੇ ਲਈ।